ਤਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪੁਲਿਸ ਕਰਮੀ ਦੇ ਵੱਲੋਂ ਇਸ ਰੇਹੜੀ ਵਾਲੇ ਦੀ ਕੁੱਟਮਾਰ ਕੀਤੀ ਜਾ ਰਹੀ ਹੈ, ਜਿਸ ਸੰਬੰਧੀ ਇਹ ਵੀਡੀਓ ਵੀ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ, ਜਿਸ ਤੋਂ ਬਾਅਦ ਇਹ ਲੋਕ ਗੁੱਸੇ ਹੋ ਜਾਂਦੇ ਨੇ ਤੇ ਫਿਰ ਇਹਨਾਂ ਦੇ ਵੱਲੋਂ ਪੁਲਿਸ ਇੰਸਪੈਕਟਰ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ। ਤਾਂ ਦੱਸ ਦਈਏ ਕਿ ਮਾਮਲਾ ਲੰਬੀ ਤੋਂ ਸਾਹਮਣੇ ਆਇਆ ਹੈ, ਜਿੱਥੇ ਚੌਂਕੀ 'ਚ ਮੌਜੂਦ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਸਬਜ਼ੀ ਦੀ ਰੇਹੜੀ ਲਗਾਉਂਦੇ ਹਾਂ ਤਾਂ ਸ਼ਾਮ ਦੇ ਸਮੇਂ ਚੌਂਕੀ ਇੰਚਾਰਜ ਨੇ ਸਾਡੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਜਿਸ ਦੇ ਵਿੱਚ ਉਸਦੇ ਭਰਾ ਦੇ ਕਾਫੀ ਸੱਟਾਂ ਲੱਗੀਆਂ ਜੋ ਕਿ ਹਸਪਤਾਲ ਦੇ ਵਿੱਚ ਦਾਖਲ ਹੈ, ਜਿਸ ਨੇ ਸਾਡੀ ਸਬਜ਼ੀ ਵੀ ਖਿਲਾਰ ਦਿੱਤੀ ਹੈ। ਇਸ ਤੋਂ ਇਲਾਵਾ ਇੱਕ ਗੋਲ ਗੱਪੇ ਵਾਲੀ ਰੇਹੜੀ ਦੀ ਵੀ ਉਸਦੇ ਵੱਲੋਂ ਭੰਨ ਤੋੜ ਕੀਤੀ ਗਈ ਤੇ ਉਸਦਾ ਵੀ ਕਾਫੀ ਨੁਕਸਾਨ ਹੋ ਗਿਆ। ਤਾਂ ਅਸੀਂ ਇਸ ਦੇ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕਰਦੇ ਹਾਂ ਤੇ ਸਾਨੂੰ ਇਨਸਾਫ ਦਿੱਤਾ ਜਾਵੇ। ਦੱਸ ਦੇ ਕਿ ਰੇਹੜੀ ਵਾਲਿਆਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਤੇ ਇਸ ਪੁਲਿਸ ਕਰਮੀ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ। ਤਾਂ ਮੌਕੇ ਤੇ ਮੌਜੂਦ ਪੁਲਿਸ ਵੱਲੋਂ ਵੀ ਕਾਰਵਾਈ ਦੀ ਗੱਲ ਕਹੀ ਗਈ ਹੈ ਕਿ ਬਣਦੀ ਕਾਰਵਾਈ ਕੀਤੀ ਜਾਵੇਗੀ, ਪਰ ਇਹ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ, ਜਿਸ ਦੇ ਵਿੱਚ ਇਸ ਪੁਲਿਸ ਕਰਮੀ ਦੇ ਵੱਲੋਂ ਬੁਰੀ ਤਰੀਕੇ ਦੇ ਨਾਲ ਇਸ ਰੇਹੜੀ ਵਾਲੇ ਦੀ ਕੁੱਟਮਾਰ ਕੀਤੀ ਜਾ ਰਹੀ ਹੈ ਤੇ ਉਸਦੀ ਸਬਜ਼ੀ ਵੀ ਖਿਲਾਰ ਦਿੱਤੀ ਗਈ ਹੈ। ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ। ਕੀ ਕਹਿਣਾ ਚਾਹੋਗੇ ਵੀ ਚੌਂਕੀ ਅੱਗੇ ਤੁਸੀਂ ਜਾ ਰਹੇ ਹੋ? ਇੰਚਾਰਜ ਨੂੰ ਮੈਂ ਇਹ ਕਹਿਣਾ ਚਾਹੁੰਗਾ ਜੀ ਕਿ ਸਾਨੂੰ ਇਹਨਾਂ ਨੇ ਇੱਕ ਦਿਨ ਵਾਸਤੇ ਪਹਿਲਾਂ ਦੱਸਿਆ ਸੀਗਾ ਵੀ ਇੱਥੋਂ ਰੇਹੜੀਆਂ ਪਾਸੇ ਕਰ ਲਓ। ਅਸੀਂ ਰੇਹੜੀਆਂ ਪਿਛਾਹ ਕਰਕੇ ਲਾ ਲਈਆਂ ਸੀਗੀਆਂ। ਉਹ ਪਿਛਾਹ ਕਰਨ ਦੇ ਬਾਵਜੂਦ ਵੀ ਸਾਨੂੰ ਸ਼ਾਮ ਦੇ ਟਾਈਮ ਇਹ ਆਏ 6:30 ਦੇ ਕਰੀਬ, ਸਾਨੂੰ ਡਾਂਗਾਂ ਨੇ ਕੁੱਟਣ ਲੱਗ ਗਈ। ਉਹ ਕਿੰਨੇ ਕਿ ਸੀਗੇ ਰੇਹੜੀਆਂ ਵਾਲੇ ਉੱਥੇ? ਰੇਹੜੀਆਂ ਵਾਲੇ ਇੱਕ ਮੈਂ ਸੀਗਾ ਜੀ, ਇੱਕ ਭਾਗ ਸਿੰਘ ਦੇ ਦੋਨੇ ਲੜਕੇ ਸੀ, ਤੀਜਾ ਮੈਂ ਸੀਗਾ। ਸਭ ਤੋਂ ਪਹਿਲਾਂ ਉਹਨਾਂ ਨੇ ਮੇਰੇ ਮਾਰੇ। ਅੱਛਾ, ਫਿਰ ਤੁਸੀਂ ਕੀ ਕਿਹਾ ਹੋਰ ਨੂੰ? ਤੁਸੀਂ ਤੁਹਾਡਾ ਕੀ ਕਹਿਣਾ ਸੀਗਾ ਜਦੋਂ ਉਸਨੂੰ ਹਟਾ ਰਹੇ ਸੀ? ਉਹਨਾਂ ਨੂੰ ਕਿਸੇ ਨੇ ਨਹੀਂ ਹਟਾਇਆ ਗਿਆ ਜੀ, ਕੁੱਟ ਕੇ ਚਲੇ ਗਏ। ਕਿਤੇ ਸੱਟ ਪੇਟ ਵੀ ਵੱਜੀ? ਹਾਂਜੀ, ਇਹਨੇ ਭਾਗ ਸਿੰਘ ਦੇ ਇੱਕ ਲੜਕੇ 'ਤੇ ਵੱਜੀ ਹੈ। ਮੈਂ ਡਿਕਸ ਦਾ ਮਰੀਜ਼ ਸੀਗਾ, ਮੈਨੂੰ ਵੀ ਫਰਸ਼ 'ਤੇ ਸਿੱਟਿਆ ਡਾਂਗ ਮਾਰ ਕੇ, ਅਤੇ ਮੇਰੇ ਵੀ ਦਰਦ ਬਹੁਤ ਹੁੰਦਾ ਇੱਕ ਦੇ। ਹੁਣ ਕੀ ਕਹਿਣਾ ਹੈਗਾ ਇੰਚਾਰਜ? ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਜੀ ਕਿ ਉਹਨਾਂ ਨੂੰ ਰਿਟਾਇਰਮੈਂਟ ਕੀਤਾ ਜਾਵੇ, ਇੱਥੋਂ ਨੌਕਰੀ ਤੋਂ ਕੱਢਿਆ ਜਾਵੇ। ਹਾਂਜੀ, ਕੀ ਤੁਹਾਡਾ ਨਾਂ, ਕੀ ਮਾਮਲਾ, ਕੀ ਅੱਜ ਚੌਂਕੀ ਦਰ ਅੱਗੇ ਆਏ? ਮੇਰਾ ਜੀ ਨਾਮ ਭਾਗ ਸਿੰਘ ਹੈ ਜੀ, ਤੋਂ ਮੇਰੇ ਲੜਕੇ ਹੈ ਜੀ। ਅਸੀਂ ਅੱਡੇ 'ਤੇ ਰੇਹੜੀ ਲਾਉਂਦੇ ਸਬਜ਼ੀ ਦੀ, ਬਿਲਕੁਲ ਨਜਾਇਜ਼ ਤੱਕ ਦਾਰੂ ਪੀ ਕੇ ਚੌਂਕੀ ਇੰਚਾਰਜ ਸਾਡੇ ਮੁੰਡਿਆਂ ਨੂੰ ਕੁੱਟ ਕੇ ਗਿਆ। ਕੋਈ ਗੱਲ ਨਹੀਂ, ਕੋਈ ਬਾਤ ਨਹੀਂ ਹੋਈ ਸਰ। ਕੀ ਕਹਿਣਾ ਸੀਗਾ? ਕੀ ਆਰੋਪ ਕੀ ਲਾ ਰਿਹਾ ਸੀ? ਆਰੋਪ ਲਾ ਰਿਹਾ ਸੀ ਕਿ ਅਸੀਂ ਮਹੀਨੇ ਬਾਅਦ ਪੈਸੇ ਲੈਂਦੇ ਸੀ ਉਹਦੇ 'ਚ, ਅੱਜ 9 ਤਰੀਕ ਹੋ ਗਈ ਸੀ, 8 ਤਰੀਕ ਨੂੰ ਪੈਸੇ ਮੰਗਣ ਗਏ ਸੀ ਤੇ ਉਹਨੇ ਕੋਈ ਆਉਂਦੇ ਨੇ ਪੁੱਛਿਆ ਨਹੀਂ ਸਾਨੂੰ, ਕੋਈ ਦੱਸਿਆ ਨਹੀਂ ਆਉਂਦੇ ਨਾਲ ਡਾਂਗਣ ਲੱਗਿਆ ਪਿਆ ਸਾਨੂੰ। ਕਿੰਨਾ ਕੁ ਸਟਾਫ ਸੀ ਨਾਲ ਕੋਈ ਇਹਨਾਂ ਦੇ? ਇਕੱਲਾ ਬੰਦਾ ਸੀ, ਦਾਰੂ ਦਾ ਰੱਜਿਆ ਹੋਇਆ ਸੀ ਪੂਰਾ ਟੱਕਿਆ। ਕਿੰਨੇ ਕੁ ਜਿਹੜੇ ਹੋਰ ਨਾਲ ਜਿਹੜੇ ਸੀਗੇ ਜਿਹਨਾਂ ਤੋਂ ਉਹਨਾਂ ਦੇ ਨੁਕਸਾਨ? ਨਾਲ ਦੇ ਰੇਹੜੀਆਂ ਵਾਲੇ ਸੀਗੇ ਨਾਲ ਖੜੇ ਸੀ ਜਿਹੜੇ, ਉਹਨਾਂ ਨੂੰ ਵਿਚਾਰਿਆਂ ਨੂੰ ਬੜਾ ਹੀ ਪਹਿਲਾਂ ਮੇਰੇ ਨਾਲ ਨੁਕਸਾਨ ਹੋਇਆ। ਕਿੱਥੇ ਆ ਹੁਣ ਤੁਹਾਡਾ ਬੇਟਾ? ਬੇਟਾ ਜੀ ਸਾਹਿਬ ਆ ਜੀ ਦੇ ਸੱਟਾਂ ਵਿੱਚ। ਮੇਰਾ ਨਾਮ ਗੁਰਵਿੰਦਰ ਹੈ ਜੀ, ਅਤੇ ਅਸੀਂ ਸਬਜ਼ੀ ਰੇਹੜੀ ਲਾਉਂਦੇ ਹਾਂ ਜੀ, ਅਤੇ ਜਿਹੜੇ ਮੁਲਾਜ਼ਮ ਸਾਹਿਬ ਹੈ ਜੀ ਦੇ, ਅਸੀਂ 8 ਤਰੀਕ ਨੂੰ ਉਹਨਾਂ ਤੋਂ ਪੈਸੇ ਮੰਗੇ ਸੀ, 3000 ਰੁਪਇਆ ਸਾਡੇ ਬਣਦਾ ਸੀ ਪਿਛਲੇ ਮਹੀਨੇ ਦਾ, ਅਤੇ 10 ਦਿਨ ਅੱਗੇ ਲੰਘ ਗਏ ਸੀ। ਅਸੀਂ ਉਹਨਾਂ ਤੋਂ ਪੈਸੇ ਮੰਗੇ ਵੀ ਸਾਨੂੰ ਪੈਸੇ ਦੇ ਦਿਉ ਅਤੇ ਮੰਡੀ ਦੇਣੀ ਹੈ ਜੀ, ਅਤੇ ਉਹ ਦੂਸਰੇ ਦਿਨ ਸਾਨੂੰ ਉਹਨਾਂ ਨੇ ਆਖਿਆ ਸੀ ਰੇਹੜੀਆਂ ਜਿਹੜੀ ਪਿਛਾਂ ਕਰ ਲਓ, ਅਤੇ ਅਸੀਂ ਅਗਲੇ ਦਿਨ ਆ ਕੇ ਪਿਛਾਂ ਨੂੰ ਕਰਕੇ ਲਾਈਆਂ ਜੀ, ਅਤੇ ਉਹ ਉਹਨਾਂ ਨੇ ਦੂਜੇ ਦਿਨ ਆਇਆ ਸਾਨੂੰ ਪੁੱਛਿਆ ਪਛਾਇਆ ਨਹੀਂ ਕੁਝ ਵੀ ਨਹੀਂ ਜੀ, ਅਤੇ ਸਾਨੂੰ ਉਹਨਾਂ ਨਾਲ ਡੰਡਿਆਂ ਨਾਲ ਕੁੱਟਿਆ ਜੀ ਬਸ ਜੀ, ਅਤੇ ਸਾਡਾ ਸਾਰਾ ਸਮਾਨ ਹੈ ਜਿਹੜਾ ਜੀ ਉਹ ਸਾਰਾ ਖਿਲਾਰਤਾ ਜੀ, ਜਿਹੜੇ ਕੰਡੇ ਸੀ ਉਹ ਸਾਰੇ ਤੋੜਤੇ ਜੀ, ਉਹਨੇ ਪੂਰੀ ਦਾਰੂ ਡ੍ਰਿੰਕ ਕੀਤੀ ਹੋਈ ਸੀ। ਕੋਈ ਵੀਡੀਓ ਵੀ ਤੁਸੀਂ ਬਣਾਈ ਹੋਈ ਹੈ? ਹਾਂਜੀ, ਵੀਡੀਓ ਬਣੀ ਵਾਇਰਲ ਕੀਤੀ ਸਾਰੀ ਜੀ। ਜਿਹੜੇ ਬਾਕੀ ਜਿਹੜੇ ਆਸੇ ਪਾਸੇ ਸੀ ਰੇਹੜੀਆਂ ਸੀਗੀਆਂ ਜੀ, ਉਹਨਾਂ 'ਚ ਨੁਕਸਾਨ ਬਹੁਤ ਹੋਇਆ ਜੀ। ਮੇਰਾ ਜਿਹੜਾ ਭਰਾ ਜੀ ਉਹਦੇ ਬਾਹਾਂ ਦੇ ਇੱਧਰ ਆਹੀ ਗੁੱਟ ਟੁੱਟ, ਦੋਵੇਂ ਗੁੱਟੇ ਜਿਹੜੇ ਉਹ ਵੀ ਪੂਰੇ ਜ਼ਖਮੀ ਨਾਲ ਬੁਰੇ ਹਾਲਤ ਨਾਲ ਹੀ ਹੋ ਗਏ ਜੀ। ਹੋਰ ਤੁਹਾਡੇ ਨਾਲ ਕਿੰਨੀਆਂ ਰੇਹੜੀਆਂ ਵਾਲਾ ਦਾ ਨੁਕਸਾਨ ਹੋਇਆ? 4-5
ਚੌਂਕੀ ਭਾਈਕਾਰੇ ਦੇ ਵਿੱਚ ਇੱਕ ਮਾਮਲਾ ਆਇਆ ਸੀਗਾ ਜਿਹਦੇ ਵਿੱਚ ਰੇਹੜੀ ਵਾਲਿਆਂ ਨੇ ਦੋਸ਼ ਲਾਇਆ ਕਿ ਚੌਂਕੀ ਇੰਚਾਰਜ ਵੱਲੋਂ ਉਹਨਾਂ ਦੀ ਮਾਰਕੁੱਟ ਕੀਤੀ ਗਈ। ਕੀ ਮਾਮਲਾ ਕੀ ਸਾਹਮਣੇ ਆਇਆ? ਮਸਲੇ ਦੀ ਜਾਂਚ ਚੱਲ ਰਹੀ ਹੈ, ਇਨਵੈਸਟੀਗੇਸ਼ਨ ਟੀਮ ਗਠਿਤ ਕੀਤੀ ਗਈ ਹੈ, ਐਸ ਐਚ ਓ ਲੰਬੀ ਇਸ ਨੂੰ ਓਵਰਸੀ ਕਰ ਰਹੇ। ਚੌਂਕੀ ਇੰਚਾਰਜ ਨੂੰ ਫਿਲਹਾਲ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ ਐਸ ਐਸ ਪੀ ਸਾਹਿਬ ਦੇ ਹੁਕਮਾਂ ਦੇ ਤਹਿਤ, ਅਤੇ ਜਾਂਚ ਕੀਤੀ ਜਾਵੇਗੀ ਅਤੇ ਬਣਦੀ ਕਰ ਦਿੱਤੀ ਜਾਵੇਗੀ। ਪਿੰਡ ਵਾਲਿਆਂ ਨੂੰ ਕਿਸ ਤਰ੍ਹਾਂ ਦੇ ਭਰੋਸੇ ਦੇ ਵਿੱਚ ਲੈ ਰਹੇ? ਨਹੀਂ, ਉਹਨਾਂ ਨੂੰ ਇਹੀ ਕਿਹਾ ਵੀ ਜੋ ਵੀ ਮਸਲਾ ਹੋਇਆ ਉਸਦੇ ਤਹਿਤ ਕਰ ਜਾ ਕੇ ਤਹਿਕੀਕਾਤ ਕਰਕੇ ਜਿਹਦਾ ਵੀ ਦੋਸ਼ ਹੋਵੇ ਉਹਦੇ ਹਿਸਾਬ ਨਾਲ ਕਰ ਰਹੇ ਹਾਂ।